ਸਰ ਪਹਿਲੇ ਤਾਂ ਮੈਂ ਆਪਣੇ ਸਾਰੇ ਕਠੂਆ ਵਾਸੀਆਂ ਦਿਲੋਂ ਸਲੂਟ ਕਰਗਾ। ਤੁਸੀਂ ਦੇਖਿਆ ਜਦ ਜਦ ਮੈਂ ਆਪਣੇ ਗਰੀਬ ਪਰਿਵਾਰ ਵਾਸਤੇ ਅੱਗੇ ਹੋਇਆ ਤਦ ਤਦ ਮੇਰੇ ਕਠੂਆ ਵਾਸੀ ਮੇਰਾ ਪੂਰਾ ਸਹਿਯੋਗ ਕੀਤਾ। ਦੇਖੋ ਅਸੀਂ ਤੁਹਾਨੂੰ ਪਤਾ ਕਦੀ ਵੀ ਗਰੀਬ ਬੰਦੇ ਕੀ ਕਦੀ ਅਸੀਂ ਚਾਰਾ ਨਹੀਂ ਲਿਆਉਣਾ ਚਾਹੁੰਦੇ ਹੁੰਦਾ, ਮਗਰ ਇਸ ਮਾਤਾ ਦੇ ਹੱਥੋਂ ਦੇਖੀ ਮੇਰੇ ਕੋਲ ਰਿਹਾ ਨਹੀਂ ਹੈ ਅਤੇ ਮਗਰ ਦੇਖੋ 10,500 ਦੇ ਵਿੱਚ ਇੰਨਾ ਦਮ ਹੈ ਨਹੀਂ ਹੈ ਕਿ ਇਹਦੀ ਦੁਕਾਨ ਦੁਆਰਾ ਖੜੀ ਹੋ ਸਕੇ, ਮਗਰ 10,500 ਨਾਲ ਚਲੋ ਇਹਦਾ ਪੇਂਟ ਛੇਂਟ ਹੋ ਸਕਦਾ। ਅਗਰ ਮੇਰੇ ਕਠੂਆ ਵਾਸੀ ਚਾਹਣ ਅਤੇ ਦਰਿਆ ਦਿਲੀ ਦੱਸਣ, ਮੇਰੇ ਯੂਥ ਸਾਰੇ ਮੇਰੇ ਭਰਾ ਅੱਗੇ ਆਉਣ, ਮਗਰ ਮੇਰੇ ਹੱਥੋਂ ਨਹੀਂ ਰੁਕੇ, ਇਹਦੇ ਹੱਥੋਂ ਦਿਖੀ ਰਾਤੀ। ਮੈਂ ਤਾਂ ਰਾਤੀ ਆਉਣਾ ਹਾਂ, ਮਗਰ ਮੈਂ ਕੁਛ ਵਜੇ ਕਹਿੰਦੇ ਥੋੜ੍ਹਾ ਲੇਟ ਹੋਈ ਆ। ਮੇਰੇ ਆਖਣੇ ਦੇ ਮਤਲਬ ਹੈ ਜੇ ਮੇਰੇ ਕਠੂਆ ਵਾਸੀ ਚਾਹਣ ਅਤੇ 50-100 ਰੁਪਏ ਦੇ ਅਕਾਊਂਟ ਦੇ ਵਿੱਚ ਪਾਉਣ, ਇਹਦਾ ਬਿਜ਼ਨਸ ਦੁਬਾਰਾ ਖੜ੍ਹਾ ਹੀ ਸਕਦਾ। ਤੁਹਾਡੇ ਖਾਤੇ ਦੇ ਵਿੱਚ ਕੋਈ ਫਰਕ ਨਹੀਂ ਪਾਉਣਾ, ਮਗਰ ਇਹਦੇ ਖਾਤੇ ਦੇ ਵਿੱਚ ਬੜਾ ਫਰਕ ਪਈ ਜਾਣਾ। ਮੇਰੇ ਕਠੂਆ ਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ। ਮੈਂ ਚਾਹੁੰਦਾ ਅੱਜ ਮੈਂ ਆਪਣੇ ਭਰਾ ਜੂਦਗੀ ਬੋਲ ਕੇ ਯਾਰ ਇਹਨੇ ਕੀ ਸਪੋਰਟ ਕਰਿਓ ਮੇਰੇ ਭਰਾ ਜੀ। ਹਰ ਬੰਦਾ ਨਸ਼ੇ ਦੀ ਹੋਰ ਜ਼ਿਆਦਾ, ਦੇਖੋ ਇਸ ਬੰਦੇ ਨੇ ਮਾਸਾ ਕਾਰੋਬਾਰ ਸਟੈਂਡ ਕੀਤਾ ਹਾ, ਅਗਰ ਇਹ ਬੰਦਾ ਵਿਚਾਰਾ ਦੁਬਾਰਾ ਸਟੈਂਡ ਨਹੀਂ ਹੋਇਆ ਤਾਂ ਸਾਰਾ ਕੁਝ ਖਤਮ ਹੋ ਹੀ ਜਾਂਦਾ। ਮੈਂ ਚਾਹੁੰਦਾ ਅੱਜ ਇਹਦਾ ਬੈਂਕ ਕਾਪੀ ਖਾਤਾ ਨੰਬਰ ਲੱਗਣਾ ਹੈ। ਮੇਰੇ ਭਰਾ ਤੁਸੀਂ ਜਿਹੜਾ ਭਰਾ 100-50 ਨਹੀਂ ਪੈ ਸਕਦਾ, ਇਸ ਵੀਡੀਓ ਕੀ ਜ਼ਿਆਦਾ ਕੋਲੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਕੋਈ ਮੇਰੇ ਭਰਾ ਨੇਕ ਤੱਕ ਜਾਏ, ਉਹ ਅੱਗੇ ਆਈ ਇਹਦੀ ਮਦਦ ਕਰ ਸਕੇ। ਤੁਸੀਂ ਦੇਖਿਆ ਬੜੀ ਮੁਸ਼ਕਿਲ ਕੰਨੇ ਬੜੇ ਸੰਘਰਸ਼ ਕਰੀਏ, ਮੈਂ ਇਹਨੇ ਬੜੀ ਦੇਰ ਦਾ ਦੇਖੇ ਕਰਨਾ, 25 ਕਿਰਾਏ ਕਮਰਾ ਲਈਏ ਸਾਡੇ ਮੁਹੱਲੇ ਇਹਨੇ ਕਿਰਾਏ ਪਰ ਰਹਿੰਦੇ ਨੇ, ਮਗਰ ਸਾਨੂੰ ਬੜਾ ਦੁੱਖ ਹੁੰਦਾ ਅੱਜ 25 ਬਾਅਦ ਮੇਰਾ ਭਰਾ ਇਹ ਬਜ਼ੁਰਗ ਹੋਰ ਖੜ੍ਹੇ ਹੋਏ ਨਾ। ਇਹਨੇ ਆਪਣਾ ਮਕਾਨ ਵੀ ਚਲੋ ਛੋਟਾ ਮੋਟਾ ਜੋ ਬਣਾਇਆ, ਦੁਕਾਨ ਵੀ ਫਸਕਲਾ ਛੱਡ ਕੀਤੀ, ਮਗਰ ਅੱਜ ਦੇਖਿਆ ਕੁਛ ਨਹੀਂ ਰਿਹਾ, ਜਲੀਏ ਖਾ ਕੋਈ ਆ। ਤਾਂ ਸਾਨੂੰ ਬਾਅਦ ਜਿਸ ਬੰਦੇ ਦਾ ਜਲੀਏ ਸਾਰਾ ਬਿਜ਼ਨਸ ਖਾ ਕੋਈ ਆ, ਉਹਦੇ ਜਿੰਦਾ ਜੀ ਮਰੀਂਦਾ। ਮੈਂ ਆਪਣੇ ਕਠੂਆ ਵਾਸੀਆਂ ਦੀ ਇੱਕੋ ਅਪੀਲ ਕਰਗਾ, ਮੇਰੇ ਕਠੂਆ ਵਾਸੀ ਹਮੇਸ਼ਾ ਮੇਰੇ ਨਾਲ ਮੁੰਡੇ ਨਾਲ ਮੁੰਡਾ ਮਿਲਾਈਏ ਚੱਲਣ, ਔਰ ਮੁੰਡੇ ਕੰਨੇ ਮੁੰਡਾ ਬੜਾਈ ਅੱਗੇ ਆਏਗੇ। ਮੈਂ ਆਪਣੇ ਸਾਰੇ ਯੂਥ ਮਾਤਾ ਭੈਣੇ ਕੀ ਪਿੰਡ ਪਿੰਡ ਕੀ ਅੱਗੇ ਵੀਡੀਓ ਹਰ ਫੋਨ ਦੇ ਵਿੱਚ ਜਾਏ ਤਾਂ ਕਿ ਇਹਦੇ ਖਾਤੇ ਦੇ ਵਿੱਚ ਭਰਪੂਰ ਪੈਸੇ ਆਉਣ। ਵਿਚਾਰੇ ਦੁਆਰਾ 5-7 ਲੱਖ ਰੁਪਇਆ ਨੁਕਸਾਨ ਹੋਇਆ, ਅਤੇ ਆਹ ਤੁਹਾਨੂੰ ਪਤਾ ਆਮ ਬੰਦੇ ਵਾਸਤੇ 5-6 ਲੱਖ ਰੁਪਇਆ ਬਹੁਤ ਜ਼ਿਆਦਾ ਹੁੰਦਾ। ਮੈਂ ਆਪਣੇ ਵਪਾਰੀਆਂ ਵੀ ਆਗਾ ਮੇਰੇ ਭਰਾ ਦਾ ਜ਼ਰੂਰ ਸਹਿਯੋਗ ਕਰਨ ਯਾਰ, 500-100-50 ਕੰਨੇ ਕੋਹੇ ਕੋਈ ਫਰਕ ਨਹੀਂ ਪਾਉਣਾ, ਮਗਰ ਮੈਂ ਤੁਹਾਨੂੰ ਪਹਿਲੇ ਆਖਿਆ ਇਹਦੇ ਖਾਤੇ 'ਚ ਬੜਾ ਫਰਕ ਪਈ ਜਾਣਾ। ਕਿਉਂਕਿ ਦੇਖਿਆ ਅੱਜ ਦੂਆ ਦਿਨ ਹੈ ਕੱਲ੍ਹ ਦੀ ਰਾਤੀ ਦੀ, ਮਗਰ ਕੋਹੇ ਲੀਡਰ ਨੇ ਸਿੱਧੂ ਬਿੱਧੂ ਨਹੀਂ ਲਈ, ਕੋਈ ਲੀਡਰ ਹੁਣ MP ਇਲੈਕਸ਼ਨ ਆਉਣੇ ਸਾਰੇ ਘਰ ਘਰ ਬਣਨੇ, ਮਗਰ ਕੋਹੇ ਨੇ ਇਸ ਪਰਿਵਾਰ ਕੀ ਸੋਚਿਆ, ਇਸ ਬੰਦੇ ਨੇ ਕਿੰਨੇ ਘਰ ਨੇ TV ਠੀਕ ਕੀਤੇ ਨੇ, ਕਿੰਨੇ ਲੀਡਰ ਨੇ TV ਠੀਕ ਕੀਤੇ ਨੇ, ਮਗਰ ਕੋਹੇ ਲੀਡਰ ਨੇ ਇੱਥੇ ਆਈਏ ਕੋਹੇ ਦਾ ਬੰਦੇ ਦਾ ਇੱਕ ਵਾਰੀ ਹਾਲ ਚਾਲ ਨਹੀਂ ਪੁੱਛਿਆ। ਸਾਨੂੰ ਦੁੱਖ ਹੁੰਦਾ ਇਹੋ ਜਿਹੀ ਲੀਡਰ ਵੀ ਕੀ ਕਰਨੀ ਜੀ, ਸਿਆਸਤ ਤੱਕ ਤਾਂ ਵਰਤਣੀ ਹੋਏ, ਸਾਨੂੰ ਦੁੱਖ ਹੁੰਦਾ ਇਹ ਲੀਡਰ ਨੇ ਉੱਪਰ ਵੀ। ਮੈਂ ਤਾਂ ਇਹੋ ਅਪੀਲ ਕਰਗਾ ਸਰ, ਭਲਾ ਇਸ ਗਰੀਬ ਪਰਿਵਾਰ ਵਾਸਤੇ ਅੱਗੇ ਹੋਣਾ ਚਾਹੀਦਾ, ਦਿਲ ਖੋਲ੍ਹੀ ਅੱਗੇ ਆਉਣਾ ਚਾਹੀਦਾ। 100-200 ਰੁਪਏ ਹਰ ਬੰਦੇ ਨੇ ਮਦਦ ਕਰਨੀ ਚਾਹੀਦੀ, ਹਰ ਯੂਥ ਨੇ ਕਰਨੀ ਚਾਹੀਦੀ, ਕਿਉਂਕਿ 100-200 ਕੰਨੇ ਬੜਾ ਕੁਛ ਹੋਈ ਨਾ। ਮੈਂ ਕਠੂਆ ਵਾਸੀ ਆਪਣੇ ਯੂਥ ਸਾਰੇ ਦਿਲੋਂ ਸਲੂਟ ਕਰਗਾ, ਇਹਦੇ ਮੇਰੇ ਭਰਾ ਬੜ ਚੜੀ ਅੱਗੇ ਆਉਣ, ਇਹਦਾ ਸੰਯੋਗ ਕਰਨ, 50-100 ਰੁਪਇਆ ਹਰ ਬੰਦਾ ਇਹਦੇ ਵਾਸਤੇ ਮਦਦ ਕਰੇ। ਮੈਂ ਇਹੋ ਬੋਲਗਾ, ਦੇਖੋ 50-100 ਰੁਪਇਆ ਅਸੀਂ ਪਾਰਟੀਆਂ ਜਾਂਦੇ, ਸ਼ਾਮੀ ਬਥੇਰਾ ਖਰਚ ਕਰਨੇ ਆ, ਸਮਝ ਲਓ ਇੱਕ ਦਿਨ ਨਹੀਂ ਘਰੋਂ ਬਾਹਰ ਨਿਕਲੇ ਬਰਖਾ ਹੀ, ਬਸ ਮੈਂ ਕਿਹਾ ਬਸ ਇਹਦੇ ਮੇਰੇ ਮਾਤਾ ਦੇਖਿਆ ਜਾਏ, ਵਿਚਾਰੇ ਮੇਰੇ ਕੋਲ ਦੇ ਹੱਥ ਨੂੰ ਦਿਖੇ ਨਹੀਂ ਜਾਣ। ਇਸ ਗਰੀਬ ਪਰਿਵਾਰ ਦੇਖੋ ਤੁਸੀਂ ਚਾਹੋ ਤੇ ਬੜਾ ਕੁਝ ਕਰ ਸਕਦੇ, ਬਸ ਮੈਂ ਇੰਨਾ ਹੀ ਬੋਲਗਾ ਆਪਣੇ ਕਠੂਆ ਵਾਸੀ ਆ। ਬੋਲਣੇ ਚਾਹੁੰਦੇ ਆ ਅਸੀਂ ਮੁੜੀਏ ਕਿਵੇਂ ਸਟੈਂਡ ਹੋਣਾ, ਇਹਦਾ ਬੱਲੂ ਵੀਰ ਹੁੰਦਾ ਬੜਾ ਸਾਥ ਸਾਨੂੰ ਇਹਨਾਂ ਸਾਰਾ ਦਿੱਤਾ, ਰਾਤੀ ਆਈ ਹੁਣ ਵੀ ਕੱਲ ਦੇਖੋ ਸਾਰੇ ਪਰਿਵਾਰ ਨੇ ਰੋਟੀ ਨਹੀਂ ਖਾਧੀ, ਕੋਈ ਸਾਰਾ ਨਹੀਂ ਸਭ ਕੁਝ ਨਹੀਂ, ਸਾਡੇ ਹੱਥ ਬੜਾ ਆ। ਫਿਰ ਵੀ ਇਹ ਆ ਵੀ ਸਾਨੂੰ ਸਪੋਰਟ ਕੀਤਾ ਹੈ, ਬੰਦੇ ਕੀ ਹੌਸਲਾ ਦੇਣਾ ਬੜੀ ਵੱਡੀ ਇੱਕ ਗੱਲ ਹੁੰਦੀ ਹੈ, ਅਤੇ ਮੈਂ ਇਸ ਵਾਸਤੇ ਮੈਂ ਬੜਾ ਵੱਡਾ ਇਹਦੇ ਵਾਸਤੇ ਮੈਂ ਇਹਦਾ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ, ਇਹਦਾ ਬਹੁਤ ਇਹਦਾ ਧੰਨਵਾਦ ਕਰਨਾ ਹੈ। ਅਤੇ ਇਹੋ ਜਿਹੇ ਸਮਾਜ ਸੇਵਾ ਕਰਨ ਵਾਲੇ ਬੜੇ ਘੱਟ ਲੱਭਦੇ ਆ, ਮਤਲਬ ਵਾਸਤੇ ਬੜੀ ਦੁਨੀਆ
ਇਸੇ ਗੱਲ ਨੇ ਆਖੀ ਹੈ ਕਿ ਤੂੰ ਕਿੰਨੇ ਬੰਦੇ ਨਾਲ ਕੰਮ ਕੀਤਾ ਅਜੇ ਤੱਕ ਕੁਸਣ ਸੁਧਨ ਲਈ ਕੋਣ ਮੈਂ ਪੁੱਛਣੇ ਤੱਕ ਨਹੀਂ ਆਇਆ ਮੈਗੀ ਵੀ ਹਾਂ ਵੀ ਠੀਕ ਹੈ ਤੂੰ ਕੀ ਤੇਰੇ ਪੀਤੀ ਹੈ ਇੱਕ ਰੁਪਏ ਦੀ ਚੀਜ਼ ਨਹੀਂ ਮੇਰੀ ਬਚਦੀ ਏ ਟੂ ਜਿਹੜੀ ਦੁਕਾਨ ਸਾਰੀ ਟੋਟਲ ਲਾਸ ਹੋ ਜਾਂਦੀ ਹੈ ਅਤੇ ਕੁਸਣ ਇਹ ਚੀਜ਼ ਮੈਂ ਲੇਕਿਨ ਇਹ ਤਾਂ ਵਿਚਾਰੇ ਰਾਤੀ ਵੀ ਆਏ ਇਹ ਤਾਂ ਹੁਣ ਵੀ ਦੇਖੋ ਸਰ ਮੇਰੀ ਮਦਦ ਸਹਿਯੋਗ ਆਰਥਿਕ ਮਦਦ ਕਰਨ ਆਏ ਨੇ ਮੇਰੇ ਤੋਂ ਮੈਂ ਬੜਾ ਬੜਾ ਧੰਨਵਾਦ ਤੂੰ ਇਹਦਾ ਕਰਨਾ ਬਹੁਤ ਬਹੁਤ ਬੱਲੂ ਪ੍ਰਧਾਨ ਹੁੰਦਾ ਤਾਂ ਤੁਹਾਡਾ ਵੀ ਬੜਾ ਬੜਾ ਮਾਰਿਆ ਤੁਸੀਂ ਵੀ ਜਿਹੜੇ ਸਾਨੂੰ ਮਤਲਬ ਸਾਡੀ ਆਵਾਜ਼ ਲੋਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੋਬਾਈਲ ਦਾ ਅਸੈਸਰੀ ਮੋਬਾਈਲ ਦੇ ਫੋਲਡਰ ਹੁੰਦੇ ਆ ਟੱਚਾਂ ਜਿਹੜੀਆਂ ਹੁੰਦੀਆਂ ਨੇ ਇਹ ਗਾਣੇ ਸੁਣਨ ਵਾਲੇ ਜਿਹੜੇ ਹੁੰਦੇ ਡੱਬੇ ਡੱਬੇ ਛੋਟੇ ਗਾਣੇ ਸੁਣਨ ਵਾਲੇ ਉਹ ਹੈ ਉਹਦੇ ਬਾਅਦ 'ਚ ਫਿਰ ਇਹ ਜਿਹੜਾ ਹੁੰਦਾ ਹੈ ਇਹ ਵਾਚਾਂ ਜਿਹੜੀਆਂ ਸਮਾਰਟ ਵਾਚਾਂ ਹੁੰਦੀਆਂ ਨੇ ਹੋਰ ਮਤਲਬ ਉਹ ਜਿਹੜੇ ਈਅਰਪੋਰਟ ਹੁੰਦੇ ਜਿਹੜੇ ਮਤਲਬ ਜੋ ਅਸੈਸਰੀ ਏ ਟੂ ਜੈੱਡ ਫੋਨ ਦੀ ਸਾਰੀ ਏ ਟੂ ਜੈੱਡ ਉਹਦੇ ਬਾਅਦ ਮੇਰਾ ਸਮਾਨ ਆਪਣਾ ਹਾਂ ਡਿਸ਼ ਦਾ ਅਸੈਸਰੀ ਦਾ ਇੱਥੇ ਸਾਰਾ ਲੱਗੇ ਦਾ ਹਾਂ ਏ ਟੂ ਜੈੱਡ ਸਮਾਨ ਜੇ ਮੈਂ ਡਿਸ਼ਾਂ ਡੁਸ਼ਾਂ ਦੇ ਮੈਂ ਰਿਸੀਵਰ ਰਸੂਵਰ ਇੱਧਰੋਂ ਇਹ ਦੇਖੋ ਬਿਜਲੀ ਦੀ ਹਾਲਤ ਹੋਈ ਹੈ ਪੂਰਾ ਪੂਰਾ ਫਕੋਈ ਹੈ ਮਤਲਬ ਕੁਛ ਵੀ ਇੱਕ ਰੁਪਏ ਦੀ ਚੀਜ਼ ਨਹੀਂ ਬਚੀ ਹਰ ਇੱਕ ਚੀਜ਼ ਸਾਰਾ ਟੋਟਲ ਲਾਸ ਹੋਈ ਇਹਦਾ ਲੋਕਾਂ ਦੇ ਟੀ ਵੀ ਸੜੀਏ ਦੇਖੋ ਬਾਹਰ ਵੀ ਤੁਸੀਂ ਦੇਖਿਆ ਕਿ ਕੀ ਹਾਲਤ ਹੈ ਅੰਦਰ ਵੀ ਦੇਖੋ ਲੋਕਾਂ ਦੀ ਟੀ ਵੀ ਦੀ ਕੀ ਹਾਲਤ ਹੈ ਐੱਲ ਈ ਡੀਆਂ ਦੇਖੋ ਇਹ ਐੱਲ ਈ ਡੀ ਉਹ ਜੀ ਫਿਰ ਮਤਲਬ ਫਟੀ ਦੀ ਐੱਲ ਈ ਡੀ ਟੁੱਟੀ ਦੀ ਹੈ ਛੇ ਕਿੰਨਾ ਹਾਂ ਲੈਂਟਰ ਦਾ ਦੇਖੋ ਛੱਤ ਫਟੀ ਆ ਉੱਪਰ ਇਹ ਪੱਖੇ ਦੀ ਹਾਲਤ ਦੇਖੋ ਪੱਖਾ ਦੇਖੋ ਤੋ ਕੀ ਹਾਲਤ ਹੈ ਪੱਖੇ ਦੀ ਇੱਧਰ ਦੇਖੋ ਸ਼ਟਰ ਸ਼ਟਰ ਵੱਲ ਧਿਆਨ ਮਾਰੋ ਦੇਖੋ ਸ਼ਟਰ ਕਿੰਨਾ ਉੱਥੋਂ ਆਪਣੇ ਆਪ ਰਾਤੀ ਖੁੱਲ੍ਹਾ ਨਹੀਂ ਕਰਦਾ ਇੰਨਾ ਹੋ ਜਾਂਦਾ ਫਾਇਰ ਬ੍ਰਿਗੇਡ ਵਾਲੇ ਬੜੀ ਮੁਸ਼ਕਲ ਨੇ ਰਾੜ ਕਰਨ ਖੋਲ੍ਹੀ ਰਫੀ ਕੀਤਾ